ਪ੍ਰੀਤ ਕੌਰ, ਸਿੰਧੂ ਐਵਨਿਊ 4 ਨੰਬਰ ਗਲੀ ਤੋਂ ਬੋਲਦੀ, ਜੰਡਿਆਲਾ ਗੁਰੂ ਤੋਂ। ਮੇਰਾ ਬੇਟਾ ਹਰਮਨਦੀਪ ਸਿੰਘ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਕੁੜੀ ਨੇ ਧਮਕੀਆਂ ਧੁਮਕੀਆਂ ਦੇ ਕੇ ਕੁੜੀ ਬਦਲ ਗਈ ਆ। ਕੁੜੀ ਗੋਲੀਆਂ ਖਾਣੀਆਂ, ਆਪ ਵੀ ਕਹਿੰਦੀ ਮੈਂ ਖਾਣੀਆਂ, ਮੈਨੂੰ ਦੇ ਜਾ, ਤੂੰ ਵੀ ਖਾ ਲਾ, ਮੈਂ ਵੀ ਖਾਣੀਆਂ, ਮੈਂ ਮਰ ਜਾਣਾ ਤੇਰੇ ਕੋਲ। ਕੌਣ ਕੁੜੀ ਆ, ਕਿੱਥੇ ਰਹਿੰਦੀ ਆ? ਕੁੜੀ ਸੱਤਵਾੜ ਵਿੱਚ ਰਹਿੰਦੀ, ਪਿੱਪਲ ਦੇ ਸਾਹਮਣੇ। ਉਹਦਾ ਘਰ ਸਤਨਾਮ ਸਿੰਘ ਆ, ਪਿਓ ਦਾ ਨਾਂ ਸਤਨਾਮ ਸਿੰਘ ਆ, ਤੇ ਕੁੜੀ ਦਾ ਨਾਂ ਹੈਗਾ ਵਾ ਅਨਮੋਲ ਪ੍ਰੀਤ ਗਗਨ। ਗਗਨ ਕਹਿੰਦੇ ਉਹਨੂੰ। ਆ ਸੰਬੰਧ ਕਦੋਂ ਦੇ ਚੱਲਦੇ ਪਏ ਸੀ? ਇਹਨਾਂ ਨੂੰ ਹੋ ਗਏ 3-4 ਮਹੀਨੇ ਹੋ ਗਏ, ਜ਼ਿਆਦਾ ਚਿਰ ਨਹੀਂ ਹੋਇਆ। ਸਾਨੂੰ ਹੁਣ ਪਤਾ ਲੱਗਾ, ਅਸੀਂ ਮੋਬਾਈਲ ਦਾ ਖੋਲ੍ਹਿਆ ਵਾ, ਲੋਕ ਸਾਨੂੰ ਪਤਾ ਲੱਗਾ ਵਾ, ਨਹੀਂ ਸਾਨੂੰ ਪਹਿਲਾਂ ਨਹੀਂ ਇੰਨਾ ਪਤਾ। ਪਤਾ ਸੀ ਥੋੜ੍ਹਾ ਬਹੁਤਾ, ਇਹ ਠੀਕ ਠਾਕ ਸੀ, ਕੋਈ ਗੱਲਬਾਤ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਵੀ ਨਹੀਂ, ਅਸੀਂ ਇੱਕ ਦੂਜੇ ਨੂੰ ਫੋਨ ਨਹੀਂ ਕਰਦੇ, ਠੀਕ ਠਾਕ ਹੈ। ਲੜਕੀ ਦੇ ਪਰਿਵਾਰ ਨੂੰ ਪਤਾ ਸੀ, ਪਤਾ ਸੀ। ਉਹਨਾਂ ਨੇ ਕੀ ਕੀਤਾ, ਆਪਣੀ ਕੁੜੀ ਨੂੰ ਸਮਝਾਇਆ? ਉਹਨਾਂ ਨੇ ਥਾਣੇ ਵੀ ਜਾ ਕੇ, ਚਲੋ ਇਹਨਾਂ ਦੀ ਹੋਈ ਸੀ ਕਾਰਵਾਈ, ਉਹਨੂੰ ਸਮਝਾਇਆ ਵੀ ਨਹੀਂ ਗੱਲ ਕਰਦੀ ਸਾਡੀ ਕੁੜੀ। ਅਤੇ ਕੁੜੀ ਨੇ ਵੀ ਕਿਹਾ ਕਿ ਮੈਂ ਅੱਗੇ ਤੋਂ ਨਹੀਂ ਇਹਦੇ ਨਾਲ ਗੱਲ ਕਰਦੀ। ਉਸ ਤੋਂ ਬਾਅਦ ਮੁੜ ਕੇ ਕੁੜੀ ਆਪਣੇ ਇਹਨਾਂ ਨੇ ਨਾਨਕੇ ਭੇਜ ਦਿੱਤੀ। ਨਾਨਕੇ ਜਾ ਕੇ ਵੀ ਚੋਰੀ ਇਹਨੂੰ ਮਾਮੀ ਦੇ ਫੋਨ ਤੋਂ ਫੋਨ ਕਰਦੀ ਹੁੰਦੀ ਸੀ। ਇਹਦੀ ਨਾਲ ਮਾਮੀ, ਨਾਲ ਮਾਸੀ, ਮਾਮਾ, ਇਹ ਸਾਰੇ ਨਾਲ ਰਲੇ ਹੋਏ ਇਹਨਾਂ ਦੀ। ਮਾਮੀ ਕਿੱਥੇ ਰਹਿੰਦੀ? ਭੂਆ ਅੰਮ੍ਰਿਤਸਰ ਆ, ਭੂਆ ਵੀ, ਭੂਆ ਨਹੀਂ ਗੀ, ਇਹ ਮਾਸੀ ਆ ਤੇ ਮਾਮੀ ਆ, ਤੇ ਮਾਮੀ ਅੰਮ੍ਰਿਤਸਰ ਰਹਿੰਦੀ ਆ, ਮਾਸੀ ਦਾ ਵੀ ਪਤਾ ਕਿੱਥੇ ਦੇ ਨਾਲ ਹੀ ਆ। ਮਾਮੀ ਮਾਸੜ ਦਾ, ਮਾਮੇ ਦਾ ਵੀ ਵਿੱਚ ਨਾਲ ਆ ਕਿ ਮਾਮੇ ਨੇ ਕੋਰਟ ਮੈਰਿਜ ਸਾਡੀ ਕਰਵਾਉਣੀ ਆ, ਮਾਮੀ ਵੀ ਨਾਲ ਆ, ਸਾਰੀ ਗੱਲਬਾਤ ਨਾਲ। ਮਾਮੀ ਉਹਨਾਂ ਦੀ ਕੋਰਟ ਮੈਰਿਜ ਉਹਨਾਂ ਦੀ ਕਰਵਾਉਣਾ ਚਾਹੁੰਦੀ ਸੀ ਨਾਲ ਰਲ ਕੇ, ਕਿ ਮੈਂ ਤੁਹਾਡੀ ਕੋਰਟ ਮੈਰਿਜ ਕਰਵਾਉਂਗੀ। ਬਸ ਅਸੀਂ ਹੁਣ ਮੋਬਾਈਲ ਦਾ ਲੋਕ ਖੋਲ੍ਹਿਆ, ਤਾਂ ਅਸੀਂ ਮੋਬਾਈਲ 'ਚੋਂ ਪ੍ਰੂਫ ਕੱਢੇ ਸਾਰੇ, ਕਿਉਂ ਪਿੱਛੇ ਸਹੀ ਸਲਾਮਤ ਠੀਕ ਠਾਕ ਹੀ। ਕਿੰਨੀ ਤਰੀਕ ਨੂੰ ਡੈਥ ਹੋਈ ਆ? ਡੈਥ ਇਹਨਾਂ ਦੀ 2 ਤਰੀਕ, 1 ਤਰੀਕ ਨੂੰ ਦਵਾਈ, 1 ਤਰੀਕ ਨੂੰ ਦਵਾਈ ਖਾਧੀ ਰਾਤ, ਠੀਕ ਨਾ ਸਭ ਕੁਝ। 2 ਤਰੀਕ ਨੂੰ 3 ਵਜੇ ਤੇ ਹਸਪੀਟਲ ਡੈਥ ਹੋ ਗਈ। ਦਵਾਈ ਕਿੱਥੇ ਪੀਤੀ ਤੇ ਡੈਥ ਕਿਹੜੇ ਹੋ? ਦਵਾਈ ਘਰੇ ਪੀਤੀ ਰਾਤ 8 ਵਜੇ ਨਾਲ, 8:30 ਦੇ ਕਰੀਬ। ਫਿਰ ਉਸ ਤੋਂ ਬਾਅਦ ਅਸੀਂ ਹੋਸਪਿਟਲ ਲੈ ਗਏ ਹਾਂ ਅੰਮ੍ਰਿਤਸਰ, ਅਤੇ ਉਸ ਤੋਂ ਬਾਅਦ ਉੱਥੇ ਟ੍ਰੀਟਮੈਂਟ ਸ਼ੁਰੂ ਕੀਤਾ ਉਹਨਾਂ ਨੇ। ਅਤੇ ਪਰ ਦਵਾਈ ਜਿਹੜੀ ਉਹ ਅੰਦਰ ਜ਼ਿਆਦਾ ਫੈਲ ਗਈ ਅਤੇ ਨਹੀਂ, ਉਹਨਾਂ ਨੇ ਕਿਹਾ ਦਿਲ ਗਿਆ ਅੰਦਰੋਂ। ਫਿਰ ਉਸ ਤੋਂ ਬਾਅਦ 3 ਦਸ ਤੇ ਡੈਥ ਹੋ ਗਈ ਹੋਸਪਿਟਲ। ਫਿਰ ਤੁਸੀਂ ਜੀ, ਮੈਂ ਰਣਜੀਤ ਕੌਰ, ਸਿੰਧੂ ਐਵਨਿਊ 4 ਨੰਬਰ ਗਲੀ ਤੋਂ ਬੋਲਦੀ, ਜੰਡਿਆਲਾ ਗੁਰੂ ਤੋਂ। ਮੇਰਾ ਬੇਟਾ ਹਰਮਨਦੀਪ ਸਿੰਘ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਕੁੜੀ ਨੇ ਧਮਕੀਆਂ ਧੁਮਕੀਆਂ ਦੇ ਕੇ ਕੁੜੀ ਬਦਲ ਗਈ ਆ। ਕੁੜੀ ਗੋਲੀਆਂ ਖਾਣੀਆਂ, ਆਪ ਵੀ ਕਹਿੰਦੀ ਮੈਂ ਖਾਣੀਆਂ, ਮੈਨੂੰ ਦੇ ਜਾ, ਤੂੰ ਵੀ ਖਾ ਲਾ, ਮੈਂ ਵੀ ਖਾਣੀਆਂ, ਮੈਂ ਮਰ ਜਾਣਾ ਤੇਰੇ ਕੋਲ। ਕੌਣ ਕੁੜੀ ਆ, ਕਿੱਥੇ ਰਹਿੰਦੀ ਆ? ਕੁੜੀ ਸੱਤਵਾੜ ਵਿੱਚ ਰਹਿੰਦੀ, ਪਿੱਪਲ ਦੇ ਸਾਹਮਣੇ। ਉਹਦਾ ਘਰ ਸਤਨਾਮ ਸਿੰਘ ਆ, ਪਿਓ ਦਾ ਨਾਂ ਸਤਨਾਮ ਸਿੰਘ ਆ, ਤੇ ਕੁੜੀ ਦਾ ਨਾਂ ਹੈਗਾ ਵਾ ਅਨਮੋਲ ਅਨਮੋਲ ਗਗਨ ਕਹਿੰਦੇ ਉਹਨੂੰ। ਆ ਸੰਬੰਧ ਕਦੋਂ ਦੇ ਚੱਲਦੇ ਪਏ ਸੀ? ਇਹਨਾਂ ਨੂੰ ਹੋ ਗਏ 3-4 ਮਹੀਨੇ ਹੋ ਗਏ, ਜ਼ਿਆਦਾ ਚਿਰ ਨਹੀਂ ਹੋਇਆ। ਸਾਨੂੰ ਹੁਣ ਪਤਾ ਲੱਗਾ, ਅਸੀਂ ਮੋਬਾਈਲ ਦਾ ਖੋਲ੍ਹਿਆ ਵਾ, ਲੋਕ ਸਾਨੂੰ ਪਤਾ ਲੱਗਾ ਵਾ, ਨਹੀਂ ਸਾਨੂੰ ਪਹਿਲਾਂ ਨਹੀਂ ਇੰਨਾ ਪਤਾ। ਪਤਾ ਸੀ ਥੋੜ੍ਹਾ ਬਹੁਤਾ, ਇਹ ਠੀਕ ਠਾਕ ਸੀ, ਕੋਈ ਗੱਲਬਾਤ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਵੀ ਨਹੀਂ, ਅਸੀਂ ਇੱਕ ਦੂਜੇ ਨੂੰ ਫੋਨ ਨਹੀਂ ਕਰਦੇ, ਠੀਕ ਠਾਕ ਹੈ। ਲੜਕੀ ਦੇ ਪਰਿਵਾਰ ਨੂੰ ਪਤਾ ਸੀ, ਪਤਾ ਸੀ। ਉਹਨਾਂ ਨੇ ਕੀ ਕੀਤਾ, ਆਪਣੀ ਕੁੜੀ ਨੂੰ ਸਮਝਾਇਆ? ਉਹਨਾਂ ਨੇ ਥਾਣੇ ਵੀ ਜਾ ਕੇ, ਚਲੋ ਇਹਨਾਂ ਦੀ ਹੋਈ ਸੀ ਕਾਰਵਾਈ, ਉਹਨੂੰ ਸਮਝਾਇਆ ਵੀ ਨਹੀਂ ਗੱਲ ਕਰਦੀ ਸਾਡੀ ਕੁੜੀ। ਅਤੇ ਕੁੜੀ ਨੇ ਵੀ ਕਿਹਾ ਕਿ ਮੈਂ ਅੱਗੇ ਤੋਂ ਨਹੀਂ ਇਹਦੇ ਨਾਲ ਗੱਲ ਕਰਦੀ। ਉਸ ਤੋਂ ਬਾਅਦ ਮੁੜ ਕੇ ਕੁੜੀ ਆਪਣੇ ਇਹਨਾਂ ਨੇ ਨਾਨਕੇ ਭੇਜ ਦਿੱਤੀ। ਨਾਨਕੇ ਜਾ ਕੇ ਵੀ ਚੋਰੀ ਇਹਨੂੰ ਮਾਮੀ ਦੇ ਫੋਨ ਤੋਂ ਫੋਨ ਕਰਦੀ ਹੁੰਦੀ ਸੀ। ਇਹਦੀ ਨਾਲ ਮਾਮੀ, ਨਾਲ ਮਾਸੀ, ਮਾਸੀ, ਮਾਮਾ, ਇਹ ਸਾਰੇ ਨਾਲ ਰਲੇ ਹੋਏ ਇਹਨਾਂ ਦੀ। ਮਾਮੀ ਕਿੱਥੇ ਰਹਿੰਦੀ? ਭੂਆ ਅੰਮ੍ਰਿਤਸਰ ਆ, ਭੂਆ, ਭੂਆ ਨਹੀਂ ਗੀ, ਇਹ ਮਾਸੀ ਆ ਤੇ ਮਾਮੀ ਆ, ਤੇ ਮਾਮੀ ਅੰਮ੍ਰਿਤਸਰ ਰਹਿੰਦੀ ਆ, ਮਾਸੀ ਦਾ ਵੀ ਪਤਾ ਕਿੱਥੇ ਰਹਿੰਦੀ ਨਾਲ ਹੀ ਆ। ਮਾਮੀ ਮਾਸੜ ਦਾ, ਮਾਮੇ ਦਾ ਵੀ ਵਿੱਚ ਨਾਲ ਆ ਕਿ ਮਾਮੇ ਨੇ ਕੋਰਟ ਮੈਰਿਜ ਸਾਡੀ ਕਰਵਾਉਣੀ ਆ, ਮਾਮੀ ਵੀ ਨਾਲ ਆ, ਸਾਰੀ ਗੱਲਬਾਤ ਨਾਲ। ਮਾਮੀ ਉਹਨਾਂ ਦੀ ਕੋਰਟ ਮੈਰਿਜ ਉਹਨਾਂ ਦੀ ਕਰਵਾਉਣਾ ਚਾਹੁੰਦੀ ਸੀ ਨਾਲ ਰਲ ਕੇ, ਕਿ ਮੈਂ ਤੁਹਾਡੀ ਕੋਰਟ ਮੈਰਿਜ ਕਰਵਾਉਂਗੀ। ਬਸ ਅਸੀਂ ਹੁਣ ਮੋਬਾਈਲ ਦਾ ਲੋਕ ਖੋਲ੍ਹਿਆ, ਤਾਂ ਅਸੀਂ ਮੋਬਾਈਲ 'ਚੋਂ ਪ੍ਰੂਫ ਕੱਢੇ ਸਾਰੇ, ਕਿਉਂ ਪਿੱਛੇ ਸਹੀ ਸਲਾਮਤ ਠੀਕ ਠਾਕ ਹੀ। ਕਿੰਨੀ ਤਰੀਕ ਨੂੰ ਡੈਥ ਹੋਈ ਆ? ਡੈਥ ਇਹਨਾਂ ਦੀ 2 ਤਰੀਕ, 1 ਤਰੀਕ ਨੂੰ ਦਵਾਈ, 1 ਤਰੀਕ ਨੂੰ ਦਵਾਈ ਖਾਧੀ ਰਾਤ, ਠੀਕ ਨਾ ਸਭ ਕੁਝ। 2 ਤਰੀਕ ਨੂੰ 3 ਵਜੇ ਤੇ ਹੋਸਪਿਟਲ ਡੈਥ ਹੋ ਗਈ। ਦਵਾਈ ਕਿੱਥੇ ਪੀਤੀ ਤੇ ਡੈਥ ਕਿਹੜੇ ਹੋ? ਦਵਾਈ ਘਰੇ ਪੀਤੀ ਰਾਤ 8 ਵਜੇ ਨਾਲ, 8:30 ਦੇ ਕਰੀਬ। ਫਿਰ ਉਸ ਤੋਂ ਬਾਅਦ ਅਸੀਂ ਹੋਸਪਿਟਲ ਲੈ ਗਏ ਹਾਂ ਅੰਮ੍ਰਿਤਸਰ, ਅਤੇ ਉਸ ਤੋਂ ਬਾਅਦ ਉੱਥੇ ਟ੍ਰੀਟਮੈਂਟ ਸ਼ੁਰੂ ਕੀਤਾ ਉਹਨਾਂ ਨੇ। ਅਤੇ ਪਰ ਦਵਾਈ ਜਿਹੜੀ ਉਹ ਅੰਦਰ ਜ਼ਿਆਦਾ ਫੈਲ ਗਈ ਅਤੇ ਨਹੀਂ, ਉਹਨਾਂ ਨੇ ਕਿਹਾ ਦਿਲ ਗਲ ਗਿਆ ਅੰਦਰੋਂ। ਫਿਰ ਉਸ ਤੋਂ ਬਾਅਦ 3 ਦਸ ਤੇ ਡੈਥ ਹੋ ਗਈ ਹੋਸਪਿਟਲ। ਫਿਰ ਤੁਸੀਂ